ਸ਼ਬਦ ਬੋਲੇਗਾ ਇਹੋ ਜਿਹੇ ਕੁੱਤੇ ਬੰਦੇ ਨੂੰ ਮਾਰ ਦੇਣਾ ਚਾਹੀਦਾ ਸੀ ਕਿਉਂਕਿ ਕਿਸਾਨ ਭਰਾਵਾਂ ਦਾ ਵੀ ਪਿਛੋਕੜ ਹਿੰਦੂ ਕਮਿਊਨਿਟੀ ਨਾ ਕਿਤੇ ਬਿਲੋਂਗ ਕਰਦਾ। ਇਹਨੂੰ ਅਰੈਸਟ ਕਰਨ, ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਅੰਦਰ ਸੁੱਟਣ, ਫਿਰ ਅਸੀਂ ਇਹਦਾ ਨਾਗ ਲੈਂਦੇ ਕੇਸ ਚੰਗੀ ਤਰ੍ਹਾਂ ਵਿੱਚ ਮੰਗ ਕੀਤੀ ਗਈ ਸੀ ਤਾਂ ਹੁਣ ਕਿਸੇ ਨੇ ਟਕਸਾਲੀ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਵੀ ਯੋਗਰਾਜ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇ। ਮੇਰਾ ਨਾਮ ਸੁਧੀਰ ਕੁਮਾਰ ਸੂਰੀ, ਸ਼ਿਵ ਸੈਨਾ ਟਕਸਾਲੀ, ਰਾਸ਼ਟਰੀ ਚੇਅਰਮੈਨ। ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਯੋਗਰਾਜ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਸੀ? ਯੋਗਰਾਜ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ, ਯੋਗਰਾਜ ਨੇ ਜੋ ਗੰਦ ਘੋਲਿਆ ਉਹਨੂੰ ਗੰਦ ਖੁਦ ਹੀ ਪੀਣਾ ਪਏਗਾ, ਔਰ ਅੱਜ ਉਹਦਾ ਮੂੰਹ ਕਾਲਾ ਕਰਕੇ ਉਹਦਾ ਪੁਤਲਾ ਜਲਾਇਆ ਗਿਆ, ਔਰ ਅਗਰ ਉਹ ਅਸਲੀਅਤ ਦੇ ਵਿੱਚ ਸਾਡੇ ਸਾਹਮਣੇ ਆ ਗਿਆ, ਹਿੰਦੂ ਸਮਾਜ ਦੇ ਸਾਹਮਣੇ ਆ ਗਿਆ, ਅਤੇ ਅਸਲੀਅਤ ਦੇ ਵਿੱਚ ਵੀ ਉਹਦਾ ਮੂੰਹ ਕਾਲਾ ਦਾ ਛਿੱਤਰ ਪਰੇਡ ਕਰਕੇ ਅਤੇ ਉਹਦਾ ਸਤਿਕਾਰ ਕੀਤਾ ਜਾਏਗਾ। ਦੇਖੋ, ਇੱਕ ਵੋਇਸ ਮੈਸੇਜ ਇਹਨਾਂ ਨੇ ਬਣਾ ਕੇ ਮੇਰਾ ਕੁਛ ਗਰਮ ਖਿਆਲੀਆਂ ਨੇ ਉਦੋਂ ਪੇਸ਼ ਕੀਤਾ ਸੀਗਾ, ਜਦਕਿ ਮੈਂ ਸਰਕਾਰ ਨੂੰ ਦੱਸ ਕੇ ਸਾਈਂ ਬਾਬਾ ਦੇ ਦਰਸ਼ਨ ਕਰਨ ਵਾਸਤੇ ਵਾਇਆ ਇੰਦੌਰ ਗਿਆ ਸੀ, ਕਿਉਂਕਿ ਕਰੋਨਾ ਕਰਕੇ ਬਾਕੀ ਰੋਡ ਬੰਦ ਸੀ। ਸਰਕਾਰ ਕੋਲੋਂ ਮੇਰੇ PSO ਸਾਹਿਬ ਨੇ ਔਰ ਮੇਰੇ PA ਨੇ ਪੂਰੀ ਲਿਖਤ ਪੜ੍ਹਤ ਭੇਜ ਕੇ ਮੈਂ ਉਹਨਾਂ, ਕਿਉਂਕਿ ਮੈਂ ਕਿਤੇ ਵੀ ਜਾਂਦਾ ਮੈਨੂੰ ਸਰਕਾਰ ਨੂੰ ਦੱਸਣਾ ਪੈਂਦਾ ਕਿ ਮੈਂ ਫਲਾਣੀ ਜਗ੍ਹਾ ਜਾ ਰਿਹਾ, ਉਹ ਦੱਸ ਕੇ ਅਸੀਂ ਗਏ ਸੀ। ਉੱਥੋਂ ਦੇ SP, SSP, DSP ਸਾਰਿਆਂ ਦਾ ਮੇਰੇ ਕੋਲ ਨੰਬਰ ਤੱਕ ਵਟਸਐਪ 'ਤੇ ਆ ਗਿਆ ਸੀਗਾ ਕਿ ਇਹਨਾਂ ਨਾਲ ਕੰਟੈਕਟ ਕਰੋ, ਲੇਕਿਨ ਇਹਨਾਂ ਨੇ ਕੁਛ ਲੋਕਾਂ ਦੇ ਗਰਮ ਖਿਆਲੀਆਂ ਦੇ ਆਖੇ ਲੱਗ ਕੇ ਮੈਨੂੰ ਉੱਥੋਂ ਜਾ ਕੇ ਗ੍ਰਿਫਤਾਰ ਕੀਤਾ, ਜਦਕਿ ਮੈਂ ਕਿਤੇ ਭੱਜਿਆ ਹੀ ਨਹੀਂ ਸੀ। ਮੈਂ ਤਾਂ ਦਰਸ਼ਨ ਕਰਕੇ ਅਗਲੇ ਦਿਨ ਮੇਰੀ ਟਿਕਟ 5 ਏਅਰ ਦੀ ਵਾਪਸੀ ਅੰਮ੍ਰਿਤਸਰ ਦੀ ਸੀਗੀ। ਉਹ ਵਾਇਸ ਮੈਸੇਜ ਮੇਰਾ ਨਹੀਂ ਸੀ, ਲੇਕਿਨ ਇਹਨਾਂ ਨੇ ਉਹ ਮੇਰੇ 'ਤੇ ਥੋਪਤਾ, ਜਦਕਿ ਇਹ ਯੋਗਰਾਜ ਸਰੇਆਮ ਕਿਸਾਨਾਂ ਦੇ ਰੈਲੀ ਦੇ ਵਿੱਚ ਬੈਠ ਕੇ ਸਰੇਆਮ ਬਕਵਾਸ ਕਰ ਰਿਹਾ, ਮਾਈਕ ਫੜ ਕੇ ਕਿਸਾਨਾਂ ਦੇ ਵਿੱਚ ਬੈਠ ਕੇ, ਔਰ ਮੈਂ ਬੜਾ ਹੈਰਾਨ ਹਾਂ ਕਿ ਉਹਦੇ ਵਿੱਚ ਹਿੰਦੂ ਕਿਸਾਨ ਵੀ ਬੈਠੇ ਸੀਗੇ, ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਉਸ ਵੇਲੇ ਕਿ ਇਹ ਕੀ ਬਕਵਾਸ ਕਰ ਗਿਆ, ਲੇਕਿਨ ਹੁਣ ਉਹ ਜਦੋਂ ਪਤਾ ਲੱਗਾ ਤਾਂ ਹਿੰਦੂ ਕਿਸਾਨ ਵੀ ਉਹਦੇ ਬਰਖਿਲਾਫ ਹੋਏ ਹੋਏ ਨੇ। ਮਾਹੌਲ ਖਰਾਬ ਕਰਨਾ ਚਾਹੁੰਦੇ? ਬਿਲਕੁਲ, ਇਹ ਇਹਨੇ ਜੋ ਬਿਆਨ ਦਿੱਤੇ ਨੇ ਇਹਨੇ ਸਮਾਜ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਹਿੰਦੂ ਸਮਾਜ ਨੂੰ ਬਦਨਾਮ ਕਰਕੇ, ਹਿੰਦੂਆਂ ਨੂੰ ਟਾਰਗੇਟ ਕਰਕੇ, ਕਿਸੇ ਦੇਸ਼ ਵਿਰੋਧੀ ਤਾਕਤ ਦੇ ਪਿੱਛੇ ਲਾ ਕੇ ਇਹ ਲਫ਼ਜ਼ ਬੋਲੇ ਗਏ, ਔਰ ਇਹਨੂੰ ਦੱਸਣਾ ਪਏਗਾ ਕਿ ਕਿਹੜੇ ਦੇਸ਼ ਦੇ ਮਗਰ ਲਾ ਕੇ ਜਾਂ ਇਹਨੂੰ ਕਿੰਨੀ ਫੰਡਿੰਗ ਹੋਈ ਹੈ, ਇਹ ਕਿਉਂ ਇਹਨੇ ਲਫ਼ਜ਼ ਬੋਲੇ ਗਏ, ਇਹਨੂੰ ਦੱਸਣਾ ਪਏਗਾ, ਔਰ ਇਹਨੂੰ ਸਰਕਾਰ ਨੂੰ ਗ੍ਰਿਫਤਾਰ ਵੀ ਕਹਿੰਦਾ ਪਏਗਾ। ਉਹਨਾਂ ਦੇ ਬੇਟੇ ਦਾ ਜਨਮ ਦਿਨ ਉਹ ਮਨਾਇਆ ਨਹੀਂ ਗਿਆ, ਉਹਨੇ ਟਵਿੱਟ ਕੀਤਾ ਗਿਆ ਕਿ ਸੌਰੀ ਫੀਲ ਕਰ ਰਹੇ ਨੇ। ਜਨਮ ਦਿਨ ਨਹੀਂ ਮਨਾਇਆ ਜਾ ਰਿਹਾ ਜਾਂ ਸੋਰੀ ਫੀਲ ਕਰ ਰਿਹਾ, ਉਹਦੇ ਬੇਟੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ, ਅਸੀਂ ਤਾਂ ਗੱਲ ਉਹਦੇ ਬਾਪ ਦੀ ਕਰ ਰਹੇ ਹਾਂ। ਉਹ ਜਨਮ ਦਿਨ ਮਨਾਵੇ ਨਾ ਮਨਾਵੇ, ਉਹਦੇ ਜਨਮ ਦਿਨ ਤਾਂ ਵੈਸੇ ਵੀ ਇਹਦਾ ਪਿਓ ਜਾਂਦਾ ਹੀ ਨਹੀਂ ਸੀ, ਕਿਉਂਕਿ ਇਹਨਾਂ ਮਾਂ ਪੁੱਤਰਾਂ ਦੀ ਪਿਓ ਦੀ ਆਪਸ 'ਚ ਬਣਦੀ ਨਹੀਂ ਗੀ, ਸਾਰੇ ਵੱਖਰੇ ਵੱਖਰੇ ਖੇਡੂ ਖੇਡੂ ਨੇ, ਔਰ ਉਸੇ ਸੂਰਤ ਦੇ ਵਿੱਚ ਇਸ ਕੁੱਤੇ ਆਦਮੀ ਨੇ ਪੰਜਾਬ ਦੇ, ਹਿੰਦੁਸਤਾਨ ਦੇ,
ਸਾਰੀ ਪਬਲਿਕ ਨੂੰ ਖੇਰੂ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਮੰਗ ਇਹ ਕਰ ਰਹੇ ਹਾਂ ਕਿ ਸਰਕਾਰ ਨੂੰ, ਸਰਕਾਰ ਨੇ ਇਹਦੇ 'ਤੇ ਐੱਫ ਆਈ ਆਰ ਜ਼ਰੂਰ ਕੱਟੀ ਗਈ ਹੈ, ਦੋ ਸਟੇਟਾਂ ਦੇ ਐੱਫ ਆਈ ਆਰ ਹੋ ਚੁੱਕੀ ਹੈ, ਲੇਕਿਨ ਇਹਨੂੰ ਗ੍ਰਿਫਤਾਰੀ ਨਹੀਂ ਹੋਈ ਔਰ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। 7 ਦਿਨ ਦਾ ਟਾਈਮ ਦਿੱਤਾ, 7 ਦਿਨ 'ਚ ਇਹਨੂੰ ਸਰਕਾਰ ਗ੍ਰਿਫਤਾਰ ਕਰੇ, ਨਹੀਂ ਤਾਂ 8ਵੇਂ ਦਿਨ ਫਲਾਈਓਵਰ ਉੱਪਰ ਮਰੰਮਤ 'ਤੇ ਬੈਠਿਆ ਜਾਏਗਾ। ਕਾਰਵਾਈ ਨਹੀਂ ਹੁੰਦੀ, ਅਗਲਾ ਕਦਮ ਕੀ ਹੋਵੇਗਾ? ਮਰੰਮਤ 'ਤੇ ਫਲਾਈਓਵਰ ਉੱਪਰ ਬੈਠਿਆ ਜਾਏਗਾ, ਫਿਰ ਵੀ ਕਾਰਵਾਈ ਨਹੀਂ ਹੋਏਗੀ। ਅਗਲੇ 7 ਦਿਨਾਂ ਬਾਅਦ ਮੈਂ ਆਪਣੇ 'ਤੇ ਤੇਲ ਪਾ ਕੇ ਅੱਗ ਲਾਵਾਂਗਾ। 1 ਮਿੰਟ। ਹਾਂਜੀ ਸਰ, ਜਿਹੜਾ ਆਪਣਾ ਨਾਮ ਅਤੇ ਡੈਗਨੇਸ਼ਨ ਦੱਸ ਸਕਦੇ? ਮੈਂ ADCP 3 ਅੰਮ੍ਰਿਤਸਰ ਸਿਟੀ ਤੋਂ ਬੋਲ ਰਿਹਾ। ਇੱਥੇ ਸ਼ਿਵ ਸੈਨਾ ਟਕਸਾਲੀ ਸੂਰੀ ਹੋਣਾ ਨੇ ਇੱਕ ਯੋਗਰਾਜ ਹੋਣਾ ਕੋਈ ਜਿਹੜੀ ਸਪੀਚ ਦਿੱਤੀ, ਉਹਦੇ ਸੰਬੰਧ 'ਚ ਇਹਨਾਂ ਨੇ ਉਹਨਾਂ ਦਾ ਪੁਤਲਾ ਫੂਕਿਆ ਵਾ। ਅਜੇ ਤੱਕ ਇਹਨਾਂ ਸਾਨੂੰ ਮੈਰੰਡਮ ਨਹੀਂ ਦਿੱਤਾ, ਜੇ ਕੋਈ ਦੇਣਗੇ ਤਾਂ ਉੱਪਰ ਜਿਹੜਾ ਪਹੁੰਚਾ ਦੇਣਗੇ। ਸਰ ਉਹਨਾਂ ਨੂੰ ਕਿਹਾ ਗਿਆ ਕਿ ਕਾਰਵਾਈ ਨਹੀਂ ਹੋ ਰਹੀ ਕੋਈ? ਇਹ ਜੋ ਕੋਈ ਸਾਡੇ ਧਿਆਨ 'ਚ ਨਹੀਂ ਗਾ, ਨਾ ਅਸੀਂ ਕੋਈ ਸੁਣਿਆ ਵਾ, ਜੋ ਇਹਨਾਂ ਦੀ ਕੋਈ ਗੱਲ ਜਿੱਥੇ ਕੋਈ ਵਾਪਰੀ ਆ, ਜੇ ਕੋਈ ਸਾਨੂੰ ਲਿਖ ਕੇ ਦੇਣਗੇ ਮੈਰੰਡਮ ਉਹ ਪਹੁੰਚਾ ਦੇਣਗੇ।